ਮੈਂ ਤਾਂ ਠੀਕ ਆ, ਪਰ ਤੂੰ ਮੈਨੂੰ ਐਂ ਦੱਸ ਤੂੰ ਮੈਨੂੰ ਫੋਨ ਕਿਉਂ ਨਹੀਂ ਕਰਦਾ? ਉਹ ਰੱਜੋ ਫੋਨ ਕਾਹਦੇ ਨਾਲ ਕਰਾਂ ਯਾਰ, ਮੇਰੇ ਫੋਨ 'ਚ ਤਾਂ ਪੈਸੇ ਨਹੀਂ ਹੈਗੇ। ਜੋ ਤੇਰੇ ਕੋਲ ਪੈਸੇ ਨਹੀਂ ਹੈਗੇ ਤੂੰ ਮੈਨੂੰ ਦੱਸ ਨਹੀਂ ਸਕਦਾ ਹੈਗਾ? ਲੈ ਰੱਜੋ ਯਾਰ ਫਿਰ ਉਹੀ ਗੱਲਾਂ ਕਰੀ ਜਾਂਦੀ ਹੈ ਤੂੰ। ਉਹ ਜੇ ਮੇਰੇ ਫੋਨ 'ਚ ਪੈਸੇ ਹੋਣਗੇ ਮੈਂ ਤੈਨੂੰ ਤਾਂ ਹੀ ਦੱਸਾਂਗਾ, ਪੈਸਿਆਂ ਦਾ ਰੌਲਾ ਹੈ ਸਾਰਾ ਇੱਥੇ ਯਾਰ। ਚੱਲ ਠੀਕ ਆ, ਤੂੰ ਵੀ ਕਿਉਂ ਰੁੱਸਦਾ ਹੁੰਦਾ? ਆ ਫੜ ਪਹਿਲਾਂ, ਤੇ ਤੇਰਾ ਫੋਨ ਹੁਣ ਕਦੇ ਖਾਲੀ ਨਹੀਂ ਹੋਣਾ ਚਾਹੀਦਾ, ਇੱਕ ਗੱਲ ਸਮਝ ਲਾ ਮੇਰੀ, ਠੀਕ ਆ? ਕੀ ਯਾਰ ਅੱਜੋ ਇਹ, ਮੈਂ ਤੈਨੂੰ ਕਿਹਾ ਕਿ ਤੂੰ ਮੈਨੂੰ ਪੈਸੇ ਦੇ, ਮੈਂ ਆਪ ਹੀ ਕਰਾ ਲੂੰਗਾ ਨਾ ਰਿਚਾਰਜ ਜਦੋਂ ਮੇਰੇ ਕੋਲ ਪੈਸੇ ਆ ਗਏ। ਜਦੋਂ ਤੇਰੀ ਆਵਾਜ਼ ਮੈਂ ਸੁਣਨੀ ਆ ਨਾ ਤਾਂ ਪੈਸੇ ਵੀ ਮੈਂ ਆਪ ਹੀ ਪਵਾਵਾਂਗੀ। ਰੱਜੋ ਤੂੰ ਮੇਰਾ ਇੰਨਾ ਕਿਉਂ ਕਰਦੀ ਹੁੰਦੀ ਹੈ ਯਾਰ, ਮੈਂ ਜਮਾਂ ਵਧੀਆ ਬੰਦਾ ਨਹੀਂ ਹੈਗਾ, ਬਾਅਦ 'ਚ ਤੂੰ ਨਾ ਬਾਹਲਾ ਪਛਤਾਉਣਾ ਹੈ। ਵਧੀਆ ਤਾਂ ਮੈਂ ਵੀ ਨਹੀਂ, ਇਹਦਾ ਮਤਲਬ ਤੂੰ ਮੈਨੂੰ ਛੱਡ ਦੇਂਗਾ? ਬਾਲਾ ਸਿਆਣਾ ਨਾ ਬਣਿਆ ਕਰ, ਠੀਕ ਹੈ ਨਾ? ਤੈਨੂੰ ਨਹੀਂ ਪਤਾ ਤੂੰ ਮੇਰੇ ਲਈ ਕੀ ਹੈ। ਨਾਲੇ ਇੱਕ ਗੱਲ ਹੋਰ ਸੁਣ ਲਾ, ਰੀਚਾਰਜ ਕਰਵਾ ਲਈ ਤੇ ਫੋਨ ਵੀ ਕਰ ਲਈ, ਠੀਕ ਆ? ਯਾਰ ਫੋਨ ਤਾਂ ਮੈਂ ਕਰ ਲੂੰਗਾ। ਰੱਜੋ ਤੂੰ ਪਾਗਲ ਹੋ ਗਈ ਪਾਗਲ। ਚੱਲ ਚੰਗਾ ਮੈਂ ਚੱਲਦੀ ਹਾਂ ਹੁਣ। ਪਾਗਲ ਵੀ ਤਾਂ ਤੇਰੇ ਪਿੱਛੇ ਹੀ ਆ। ਰੱਜੋ ਕਿੱਥੇ ਗਈ ਸੀ? ਕਿਤੇ ਨੀ ਬਾਪੂ ਜੀ, ਉਹ ਤਾਂ ਨਾ ਮੈਂ ਆਪਣੀ ਸਹੇਲੀ ਕੋਲ ਕਿਤਾਬ ਲੈਣ ਗਈ ਸੀ। ਕਿਤਾਬ? ਕਿਹੜੀ ਕਿਤਾਬ? ਆ ਤੇਰੇ ਹੱਥ 'ਚ ਕੁਝ ਦਿੱਤਾ ਤਾਂ ਹੈ ਨੀ। ਕੁੜੀਏ ਮੈਨੂੰ ਸੱਚ ਦੱਸ ਕਿੱਥੇ ਗਈ ਸੀ? ਬਾਪੂ ਜੀ ਸੱਚੀ ਕਿਤਾਬ ਲੈਣ ਹੀ ਗਈ ਸੀ, ਉਹਨੇ ਦਿੱਤੀ ਨਹੀਂ ਹੈਗੀ। ਮੇਰੀ ਗੱਲ ਸੁਣ ਲੈ, ਅੱਗੇ ਤੂੰ ਜਿਹੜੀ ਵੀ ਚੀਜ਼ ਚਾਹੀਦੀ ਨਾ ਮੈਨੂੰ ਦੱਸਿਆ ਕਰ, ਮੈਂ ਆਪੇ ਲਿਆ ਕੇ ਦੇਊਂਗਾ, ਕਿਤੇ ਜਾਣ ਦੀ ਲੋੜ ਨਹੀਂ। ਠੀਕ ਹੈ ਬਾਪੂ ਜੀ, ਅੱਗੇ ਤੋਂ ਧਿਆਨ ਰੱਖੂੰਗੀ। ਰੱਜੋ ਉਰੇ ਆ ਪੁੱਤ। ਆਈ ਬੇਬੇ। ਰੱਜੋ ਉਹ ਤਾਂ ਤੂੰ ਘਰੇ ਰਿਹਾ ਕਰ, ਨਾ ਬਾਹਰ ਜਾਇਆ ਕਰ। ਤੈਨੂੰ ਪਤਾ ਤਾਂ ਹੈ ਤੇਰੇ ਪਿਓ ਦੇ ਸੁਭਾਅ ਦਾ, ਬਾਲਾ ਹੀ ਸ਼ੱਕੀ ਜਿਹਾ ਹੋਇਆ ਪਿਆ। ਹੋਰ ਬੇਬੇ, ਬਾਪੂ ਤਾਂ ਬਾਲੀ ਟੋਕਾ ਟਾਕੀ ਕਰਨ ਲੱਗ ਗਏ। ਹੋਰ ਪੁੱਤ ਅੱਜ ਜਦੋਂ ਦੀ ਤੇਰੀ ਮਾਂ ਮੁੱਕੀ ਹੈ ਨਾ ਉਦੋਂ ਦਾ ਹੋ ਗਿਆ ਇਹ। ਚੱਲ ਕੋਈ ਨਾ, ਤੂੰ ਆਪਦੇ ਕੰਮ ਤੇ ਧਿਆਨ ਦੇ, ਪੜ੍ਹ ਲੈ ਜਾ ਕੇ। ਬੇਬੇ ਪੜ੍ਹ ਵੀ ਲੈਣੀ ਆ ਫਿਰ ਕੰਮ? ਕੰਮ ਤਾਂ ਪੁੱਤ ਰੋਟੀ ਰੋਟੀ ਰਹਿੰਦੀ ਆ, ਮੈਂ ਪਕਾ ਲੂੰਗੀ, ਤੂੰ ਪੜ੍ਹ ਲੈ। ਠੀਕ ਹੈ। ਪਤਾ ਨਹੀਂ ਕਿਹਾ ਜਾਵਾ, ਹਜੇ ਤੱਕ ਇਹ ਤੋਂ ਰਿਚਾਰਜ ਨਹੀਂ ਕਰਾਇਆ ਗਿਆ ਵੀ ਬੰਦਾ ਦੱਸੇ ਰਿਚਾਰਜ ਕਰਾ ਕੇ ਫੋਨ ਹੀ ਕਰ ਲਏ।
ਸਿਰਫ ਇਸ ਗੱਲ ਕਰਕੇ ਗੁੱਸਾ ਚੜ੍ਹਦਾ ਜਦੋਂ ਫੋਨ ਨਹੀਂ ਕਰਦਾ ਹੈਗਾ। ਜੀਤੇ, ਹਾਂ ਬੇਬੇ, ਪੁੱਤਾਂ ਹੀ ਕਰ, ਰਾਤ ਨੇ ਬਾਣੀਏ ਕੋ ਨਾ ਖਾਦੀ ਬੋਰੀ ਚੱਕ ਲਿਆ, ਨਾ ਇਹ ਸਮਾਨ ਜਾ ਮੁੱਕ ਰਿਹਾ ਘਰ ਦਾ ਉਹ ਲਿਆ। ਕੋਈ ਨਾ ਬੇਬੇ, ਮੈਂ ਲੈ ਆਉਣਾ। ਹੈਲੋ ਦਿੱਪਿਆ। ਹਾਂ ਰੱਜੂ, ਕੀ ਹਾਲ ਹੈ? ਤੈਨੂੰ ਵੀ ਆਦਤ ਪਈ ਹੋਈ ਹੈ ਨਾ ਮੈਨੂੰ ਤੁਹਾਡੇ ਫੋਨ ਦੀ, ਹੁਣ ਕਰਵਾਇਆ ਰੀਚਾਰਜ? ਯਾਰ ਮੈਂ ਥੋੜ੍ਹਾ ਦਿਨ ਫੋਨ ਆ ਤੈਨੂੰ ਰੱਜੂ, ਉਹ ਤਾਂ ਬਸ ਯਾਰ ਬਾਪੂ ਕੋਲ ਸੀਗਾ, ਬਾਪੂ ਨੇ ਮੈਨੂੰ ਕੰਮ 'ਤੇ ਲਾ ਤਾ, ਉਸ ਤੋਂ ਬਾਅਦ ਮੈਨੂੰ ਟਾਈਮ ਹੀ ਨਹੀਂ ਲੱਗਿਆ ਫੋਨ ਕਰਨ ਦਾ, ਹੁਣ ਵਿਹਲਾ ਹੋਇਆ ਸੀਗਾ ਹੁਣ ਤੈਨੂੰ ਫੋਨ ਲਾ ਲਿਆ। ਹਾਂ ਇੱਕ ਤੇਰਾ ਬਾਪੂ ਅਤੇ ਇੱਕ ਮੇਰਾ ਬਾਪੂ, ਇਹ ਬੜਾ ਤੜਫੋਂਦੇ ਨੇ। ਉਹ ਸਾਰੀਆਂ ਗੱਲਾਂ ਛੱਡ, ਗੱਲ ਸੁਣ ਮੇਰੀ, ਮੇਰਾ ਨਾ ਮਿਲਣ ਨੂੰ ਬੜਾ ਜੀ ਕਰਦਾ ਆ, ਅੱਜ ਰਾਤ ਨੂੰ ਮਿਲੀਏ ਆਪਾਂ ਫਿਰ। ਮਿਲਣ ਨੂੰ ਦਿਲ ਕਰਦਾ ਯਾਰ, ਮਿਲਣ ਨੂੰ ਤਾਂ ਮੇਰਾ ਹੀ ਬੜਾ ਦਿਲ ਕਰਦਾ, ਪਰ ਯਾਰ ਚੱਲ ਕੋਈ ਗੱਲ ਨਹੀਂ, ਮੈਂ ਆ ਜਾਊਂਗਾ, ਤੂੰ ਟੈਨਸ਼ਨ ਨਾ ਲੈ। ਚੱਲ ਠੀਕ ਹੈ, ਮੈਂ ਬਾਅਦ 'ਚ ਗੱਲ ਕਰਦਾ, ਲੱਗਦਾ ਮੇਰਾ ਬਾਪੂ ਆ ਗਿਆ ਬਾਹਰ। ਸੱਚੀ ਮੈਨੂੰ ਕਦੇ ਕਦੇ ਐਵੇਂ ਲੱਗਦਾ ਤੂੰ ਨਾ ਸਮੋਸੇ ਵੇਚਣ ਜੋਗਾ ਹੀ ਰਹਿ ਜਾਏਗਾ, ਮੈਂ ਤੇਰੇ ਹੱਥੋਂ ਨਿਕਲ ਜਾਣਾ ਆ। ਚੰਗਾ ਚੰਗਾ ਰਹਿ ਲਿਆ ਕਰ। ਗੱਲ ਸੁਣ, ਇੱਥੇ ਨਹੀਂ ਠੀਕ ਆ, ਆਪਾਂ ਬਾਗਲ 'ਚ ਮਿਲਾਂਗੇ, ਸਾਡੇ ਵਾਲੇ 'ਚ, ਉੱਥੇ ਆ ਜੀ। ਬਾਏ। ਰੱਜੂ, ਤੈਨੂੰ ਡਰ ਨਹੀਂ ਲੱਗਦਾ ਹੈਗਾ? ਦੀਪਾ ਜਦੋਂ ਤੂੰ ਮੇਰੇ ਨਾਲ ਹੁੰਦਾ ਮੈਨੂੰ ਕਿਸੇ ਤੋਂ ਡਰ ਨਹੀਂ ਲੱਗਦਾ। ਪਾਗਲ ਹੋ ਗਈ ਤੂੰ, ਆਪ ਹੀ ਛਿੱਤਰ ਖਾਏਂਗੀ, ਨਾਲੇ ਮੇਰੇ ਛਿੱਤਰ ਪਵਾਏਂਗੀ, ਨਾਲੇ ਕਿੰਨਾ ਚਿਰ ਮਿਲਦੇ ਰਹਾਂਗੇ ਆਪਾਂ। ਫਿਰ ਜੇ ਨਹੀਂ ਆਪਾਂ, ਮੈਂ ਘਰੇ ਗੱਲ ਕਰ ਲੈਣੀ, ਵਿਆਹ ਕਰਵਾ ਲੈਣੀ। ਘਰੇ ਗੱਲ ਕਰ ਲੈਣੀ? ਤੇਰੇ ਪਿਓ ਦਾ ਸੁਭਾਅ ਉਹਦਾ ਕਿੰਨਾ ਖਰਾਬ ਹੈ, ਤੂੰ ਗੱਲ ਕਰੇਗੀ ਨਾ ਤੈਨੂੰ ਘਰੇ ਮਾਰ ਦੇਣਾ ਉਹਨੇ। ਜੇ ਬਾਪੂ ਨਾ ਮੰਨਿਆ ਤਾਂ ਫਿਰ ਆਪਾਂ ਭੱਜ ਜਾਵਾਂਗੇ। ਭੱਜਣ ਨੂੰ ਤਾਂ ਐਂ ਕਹਿੰਦੀ ਜੇ ਮੈਂ ਬਾਰੇ ਸਲਾਉਣੀ ਹੁੰਦੀ ਹੈ। ਫਿਰ ਉਹੀ ਤੂੰ ਬਚਪਨ ਵਾਲੀਆਂ ਗੱਲਾਂ ਕਰੀ ਜਾਂਦੀ ਰੱਜੋ, ਇੱਥੇ ਸੌਖਾ ਕੁਛ ਨਹੀਂ ਮਿਲਦਾ ਹੈਗਾ। ਤੇ ਫਿਰ ਤੈਨੂੰ ਵੀ ਪਤਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਨਾ। ਫਿਰ ਮੈਂ ਕਿਹੜਾ ਰਹਿ ਸਕਦਾ? ਕੁੜੀਏ, ਨਾ ਤੂੰ ਕੌਣ ਹੈ ਬੇ ਸਾਡੇ ਘਰੇ? ਬੇਬੇ ਨੂੰ ਕੁਛ ਨਾ ਕਿਹੋ, ਇਹ ਦੀਪਾ ਮੈਨੂੰ ਪਿਆਰ ਕਰਦੀ ਆ। ਮੁੰਡਿਆ ਮੇਰੀ ਗੱਲ ਸੁਣ ਲੈ, ਅੱਜ ਤੋਂ ਸਾਡੇ ਘਰੇ ਆ ਕਰ, ਖਬਰਦਾਰ ਹੋ ਜੀ। ਨਾਲੇ ਇਦੂ ਪਹਿਲਾਂ ਕਿ ਮੈਂ ਰੌਲਾ ਪਾਵਾਂ, ਚੁੱਪ ਕਰਕੇ ਇੱਥੋਂ ਲੰਘ ਜਾ। ਚੁੱਪ ਕਰ ਜਾ, ਮੈਂ ਕੁਛ ਨਹੀਂ ਸੁਣਨਾ, ਚੁੱਪ ਕਰਕੇ ਅੰਦਰ ਚੱਲ। ਪਤਾ ਨਹੀਂ ਰੱਜੂ ਦਾ ਕੀ ਹਾਲ ਹੋਇਆ, ਪਤਾ ਨਹੀਂ ਬੇਬੇ ਨੇ ਬਾਪੂ ਨੂੰ ਦੱਸਤਾ ਹੋਇਆ, ਬਾਪੂ ਵੀ
ਕੋਈ ਸਮੋਸੇ ਕੱਢਣੇ ਸੀਗੇ ਬੇਟਾ। ਐਂ ਕਰੀ 15-20 ਮਿੰਟ ਦੀ ਆ ਜੀ, ਹਜੇ ਮੈਂ ਮਟਰ ਕੱਢ ਤੇਰੇ ਸਮੋਸੇ ਕੱਢ ਕੇ ਰੱਖੂ। ਅੱਛਾ, ਨਾਲੇ ਉਹ ਦੀਪਾ ਨਹੀਂ ਦਿੰਦਾ ਬਾਪੂ? ਦੀਪਾ ਘਰ ਗਿਆ ਹੋਇਆ ਰੋਟੀ ਦੇਣਾ, ਸ਼ਾਇਦ ਮੇਰੇ ਖਿਆਲ ਆ ਜੀ 15-20 ਮਿੰਟ ਤੱਕ ਆ ਜੇ। ਚੱਲ ਫਿਰ ਬਾਪੂ ਮੈਂ ਅੱਗੇ ਕੰਮ 'ਚ ਆਇਆ ਵਾਂ, ਆਉਂਦਾ ਹੀ ਲੈ ਜੂੰ ਅੱਜ। ਐਂ ਕਰੀ ਜੀ, ਸਾਡੇ ਘਰ ਗਿੰਜੇ ਵੇ ਨਾ, ਨਾਲੇ ਸਮਾਨ ਫੜਾ ਦੀ ਉੱਥੇ ਕਰਨੀ ਸਾਡੇ। ਚੰਗਾ ਬਾਪੂ। ਹਾਂ ਕੀ ਬੋਲਾਂ ਬੇਬੇ? ਮੈਂ ਮੰਨਦੀ ਹਾਂ ਮੇਰੇ ਤੋਂ ਗਲਤੀ ਹੋ ਗਈ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਤੁਸੀਂ ਰੌਲਾ ਵੀ ਪਾ ਸਕਦੇ ਸੀ। ਹਾਂ ਪੁੱਤ, ਮੈਂ ਪਾ ਸਕਦੀ ਸੀ ਰੌਲਾ, ਜੇ ਮੈਂ ਰੌਲਾ ਪਾਉਂਦੀ ਨਾ ਤਾਂ ਇਸ ਘਰ ਦਾ ਮਾਹੌਲ ਕੁਛ ਹੋਰ ਹੀ ਹੋਣਾ ਸੀ। ਤੇਰੇ ਪਿਓ ਨੇ ਗੁੱਸੇ 'ਚ ਆ ਕੇ ਨਾਲੇ ਉਹ ਮੁੰਡੇ ਨੂੰ ਮਾਰ ਦੇਣਾ ਸੀ, ਨਾਲੇ ਤੈਨੂੰ ਵੱਢ ਦੇਣਾ ਸੀ। ਲੋਕਾਂ ਨੂੰ ਮੌਕਾ ਮਿਲ ਜਾਣਾ ਇਸ ਘਰ ਦੀ ਇੱਜ਼ਤ ਉਛਾਲਣ ਲਈ। ਗੁੱਸਾ ਤਾਂ ਮੈਨੂੰ ਬਹੁਤ ਚੜ੍ਹਦਾ ਕੁੜੀਏ ਤੇਰੇ 'ਤੇ, ਪਰ ਮੈਂ ਕਰ ਵੀ ਕੀ ਸਕਦੀ, ਤੈਨੂੰ ਪਿਆਰ ਵੀ ਬਹੁਤ ਕਰਦੀ ਹਾਂ ਨਾ ਮੈਂ। ਬੇਬੇ ਮੈਂ ਉਹਨੂੰ ਬਹੁਤ ਪਿਆਰ ਕਰਦੀ ਹਾਂ, ਮੈਂ ਨਹੀਂ ਰਹਿ ਸਕਦੀ ਦੀਪੇ ਬਿਨਾਂ। ਪੁੱਤ, ਅੱਜ ਜਿਹੜੇ ਰਾਹਾਂ 'ਤੇ ਤੂੰ ਤੁਰ ਪਈ ਨਾ, ਇਸ ਰਾਹ 'ਤੇ ਬਰਬਾਦੀ ਤੋਂ ਸਿਵਾਏ ਹੋਰ ਕੁਛ ਨਹੀਂ। ਜੇ ਤੂੰ ਚਾਹੁੰਦੀ ਹੈ ਤਾਂ ਕਰ ਦੇ ਬਰਬਾਦ, ਸੁਣ ਰੋਲ ਦੇ ਤੇਰੇ ਪਿਓ ਦੀ ਇੱਜ਼ਤ ਰਾਹਾਂ 'ਚ। ਅਤੀਆਂ ਨਾ ਘਰ ਦੀ ਇੱਜ਼ਤ ਹੁੰਦੀਆਂ ਨੇ, ਜੇ ਇੱਕ ਵਾਰੀ ਇੱਜ਼ਤ ਨੂੰ ਦਾਗ ਲੱਗ ਜੇ ਤਾਂ 7 ਪੀੜ੍ਹੀਆਂ ਨਹੀਂ ਲੈਣਾ। ਹੁਣ ਅੱਗੇ ਤੂੰ ਦੇਖ ਲੈ ਵੀ ਸਾਡਾ ਨਾਂ ਰੋਸ਼ਨ ਕਰਨਾ ਜਾਂ ਤੂੰ ਮਿੱਟੀ 'ਚ ਰੋਲਣਾ। ਬੇਬੇ ਅੱਗੇ ਤੋਂ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ। ਓਏ ਇੰਨਾ ਲੇਟ? ਕੁਛ ਨਹੀਂ ਬਾਪੂ ਜੀ, ਬਸ ਉਹ ਤਾਂ ਮੈਂ ਲੇਟ ਉੱਠਿਆ ਸੀਗਾ ਤਾਂ ਕਰਕੇ ਲੇਟ ਹੋ ਗਿਆ। ਜੇ ਤਾਂ ਪੁੱਤ ਰਾਤ ਨੂੰ ਟਾਈਮ ਨਾਲ ਘਰੇ ਵੜੇ ਤਾਂ ਤੈਨੂੰ ਨੀਂਦ ਆਵੇ, ਐ ਥੋੜੀ ਨੀਂਦ ਆਉਂਦੀ ਹੁੰਦੀ ਜੇ ਸਰਦੀ ਦੀ ਰਾਤ ਘਰੇ ਵੜਦੇ ਹੋ। ਕੁਛ ਨਹੀਂ ਬਾਪੂ, ਉਹ ਤਾਂ ਦੋਸਤਾਂ ਨਾਲ ਮੈਂ ਖੇਡਾਂ ਦੇਖਣ ਵਗ ਗਿਆ ਸੀਗਾ, ਤੂੰ ਵੀ ਨਾ ਵਸ ਐਵੇਂ। ਉਹ ਜਾਣ ਦਿਓ ਸਾਨੂੰ, ਇਹ ਪੜ੍ਹਾਈਆਂ ਨਾ ਪੜ੍ਹਾਓ, ਇਹ ਜਵਾਨੀ ਵੇਲੇ ਖੇਡਾਂ ਅਸੀਂ ਵੀ ਦੇਖੀਆਂ ਨੇ, ਕਿਹੜੀਆਂ ਖੇਡਾਂ ਖੇਡਦੇ ਹੋ ਤੁਸੀਂ? ਬਾਪੂ ਕਿਉਂ ਮੂਡ ਖਰਾਬ ਕਰਦਾ ਹੁੰਦਾ? ਆ ਰੋਟੀ ਲਿਆਂਦੀ ਪਈ ਹੈ, ਰੋਟੀ ਖਾ ਲੈ ਤੂੰ, ਮੈਂ ਕੰਮ ਦੇਖ ਲੈਂਦਾ। ਹੁਣ ਤੈਨੂੰ ਕੰਮ ਦੀ ਫਿਕਰ ਹੋ ਗਈ, ਵੱਡਾ ਕੰਮ ਆ ਹੋ ਗਿਆ ਇਹ, ਪਤਾ ਨਹੀਂ ਸਾਲਾ ਕੀ ਬਣੂ ਕੀ ਨਾ। ਅੱਜ ਕੱਲ੍ਹ ਦੇ ਜਵਾਕਾਂ ਜ਼ਿਆਦਾ ਨਾ ਕੰਮ ਕਰਨ ਨਾ ਦੇਖਣ ਕੁਛ। ਪਤਾ ਨਹੀਂ ਆ ਰੱਜੂ ਨਾਲ ਕੀ ਸਲੂਕ ਕੀਤਾ ਹੋਣਾ, ਮੈਂ ਇੱਕ ਵਾਰ ਵੀ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਆ ਕੰਮ ਕੁੰਮ ਜਿੱਦਾਂ ਮੈਂ ਬਾਅਦ 'ਚ ਹੀ ਕਰੂੰਗਾ, ਪਹਿਲਾਂ ਮੈਂ ਰੱਜੋ ਦਾ ਪਤਾ ਲੈ ਲਵਾਂਗਾ। ਹੁਣ ਕਿੱਥੇ ਚੱਲਿਆ ਕਬੂਥਾ ਤੂੰ? ਬਾਪੂ ਮੈਂ ਬੜਾ ਸਮਾਨ ਜਿਹਾ ਚੱਕ ਲਿਆ, ਮਗਰ ਸਮਾਨ ਰਹਿ ਗਿਆ ਸੀਗਾ। ਤੇਰਾ ਨਾ ਸਮਾਨ ਮੁੱਕ ਜੇ ਘਰੋਂ। ਉਰੇ ਕੀ ਕਰਦਾ? ਕੁਛ ਨਹੀਂ, ਤਾਂ ਸਾਈਕਲ ਦੀ ਚੈਨ ਉੱਤਰ ਗਈ ਸੀ, ਉਹ ਚੜਾਈ ਜਾਂਦਾ ਸੀਗਾ ਜੀ। ਕੋ ਚੱਜਦਾ ਲੈ ਲੈ। ਚੱਜਦਾ ਹੀ ਆ ਜੀ, ਬਸ ਅੜੀ ਜੀ ਫਸ ਗਈ ਸੀ। ਚੱਲ ਠੀਕ ਹੈ, ਚੜਾ ਲੈ ਨੂੰ ਤੇ ਜਲਦੀ ਚੁੱਦਾ ਲੱਗ। ਰੱਜੋ? ਹਾਂ ਮੈਂ। ਰੱਜੋ ਤੂੰ ਸਾਡੇ ਘਰੇ ਅੱਜ? ਮੈਂ ਸੋਚਿਆ ਮੈਂ ਤੈਨੂੰ ਘਰੇ ਮਿਲਿਆ ਵਾਂ ਜਾ ਕੇ। ਵਧੀਆ ਕੀਤਾ ਰੱਜੋ ਤੂੰ ਘਰੇ ਆ ਗਈ, ਮੇਰਾ ਵੀ ਨਾ ਤੇਰੇ ਬਿਨਾਂ ਦਿਲ ਜਾ ਨਹੀਂ ਲੱਗਦਾ ਸੀਗਾ, ਤੈਨੂੰ ਫੋਨ ਕਰਨ ਨਹੀਂ ਲੱਗਿਆ ਸੀਗਾ। ਨਾਲੇ ਤੂੰ ਮੇਰਾ ਫੋਨ ਕਿਉਂ ਨਹੀਂ ਚੱਕਦੀ ਹੈਗੀ? ਜਿੱਦਣ ਦਾ ਦਾਦੀ ਨੂੰ ਪਤਾ ਲੱਗਿਆ ਨਾ ਮੇਰਾ ਫੋਨ ਦਾਦੀ ਕੋਲ ਹੀ ਹੁੰਦਾ, ਨਾਲੇ ਤੂੰ ਫੋਨ ਨਾ ਕਰਿਆ ਕਰ, ਫਿਰ ਉਹ ਗੁੱਸੇ ਹੁੰਦੇ ਨੇ। ਰੱਜੋ ਤੂੰ ਆਪ ਹੀ ਤਾਂ ਕਹਿੰਦੀ ਹੁੰਦੀ ਸੀਗੀ ਕਿ ਤੂੰ ਮੇਰੀ ਆਵਾਜ਼ ਸੁਣਨੀ ਹੈ, ਹੁਣ ਨਹੀਂ ਦਿਲ ਕਰਦਾ ਤੇਰਾ ਮੇਰੀ ਆਵਾਜ਼ ਸੁਣਨ ਨੂੰ? ਪਹਿਲਾਂ ਵੀ ਤਾਂ ਫੋਨ ਕਰਦੀ ਹੁੰਦੀ ਸੀਗੀ, ਸਾਰਾ ਕੁਛ ਹੋ ਸਕਦਾ, ਮੈਨੂੰ ਲੱਗਦਾ ਹੁਣ ਤੂੰ ਜਾਣ ਕੇ ਕਰੀ ਜਾਂਦੀ ਹੈ। ਅੜਿਆ ਤੈਨੂੰ ਲੱਗਦਾ ਮੈਂ ਜਾਣ ਕੇ ਕਰਦੀ ਹਾਂ? ਮੈਂ ਆਪ ਮਜਬੂਰ ਹਾਂ। ਮਜਬੂਰ ਹੈ ਰੱਜੋ, ਮੈਂ ਮੰਨਦਾ ਹਾਂ ਨਾ ਤੇਰੇ ਘਰੇ ਪਤਾ ਲੱਗ ਗਿਆ, ਪਰ ਤੂੰ ਮੇਰੀ ਫੀਲਿੰਗ 'ਚ ਤਾਂ ਸਮਝ ਯਾਰ, ਨਹੀਂ ਰਹਿ ਸਕਦਾ ਮੈਂ ਤੇਰੇ ਬਿਨਾਂ। ਨਾਲੇ ਆਹ ਗੱਲਾਂ ਕਰੇਂਗੀ ਨਾ ਫਿਰ ਮੈਂ ਤਾਂ ਜਮੀ ਹਾਰ ਜਾਣਾ। ਮੇਰੀ ਗੱਲ ਧਿਆਨ ਨਾਲ ਸੁਣ ਲੈ, ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜੂਗਾ ਯਾਰ, ਜੇ ਤੂੰ ਪੈਰ ਛੱਡ ਗਈ ਮੇਰਾ ਕੀ ਬਣੂਗਾ? ਤੈਨੂੰ ਵੀ ਪਤਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਹੈ ਨਾ, ਪਰ ਹੁਣ ਮੇਰੀਆਂ ਵੀ ਮਜਬੂਰੀਆਂ ਨੇ, ਬਾਪੂ ਨੂੰ ਪਤਾ ਲੱਗਿਆ ਤਾਂ ਦੋਨਾਂ ਨੂੰ ਮਾਰ ਦੇਣਾ। ਫਿਰ ਕੀ ਹੋ ਗਿਆ? ਮਾਰ ਹੀ ਦੇਣਗੇ, ਪਿਆਰ ਥੋੜ੍ਹਾ ਖਤਮ ਕਰ ਦੇਣਗੇ। ਛੱਡ ਇਹਨਾਂ ਗੱਲਾਂ ਨੂੰ, ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ, ਨਾ ਸਾਡੀ ਗਲੀ 'ਚ ਆਇਆ ਕਰ ਅਤੇ ਨਾ ਹੀ ਮੈਨੂੰ ਫੋਨ ਕਰਿਆ ਕਰ। ਇਹ ਕਦੇ ਵੀ ਨਹੀਂ ਹੋ ਸਕਦਾ, ਇਹ ਗੱਲ ਤੈਨੂੰ ਵੀ ਪਤਾ ਰੱਜੋ। ਕੋਸ਼ਿਸ਼ ਕਰ ਲਈ, ਮੈਂ ਬਾਰ ਬਾਰ ਨਹੀਂ ਕਹਿਣਾ। ਰੱਜੋ ਜੋ ਮਰਜ਼ੀ ਹੋ ਜਾਏ ਰੱਜੋ,
ਤੇਰਾ ਸਾਥ ਤਾਂ ਨਹੀਂ ਮੈਂ ਛੱਡਦਾ ਹੈਗਾ, ਚਾਹੇ ਤੇਰੇ ਪਿਓ ਨਾਲ ਕਿਉਂ ਨਾ ਮੈਨੂੰ ਲੜਨਾ ਪਵੇ। ਤੈਨੂੰ ਕੀ ਪਤਾ ਅੜਿਆ, ਇਹ ਸਭ ਕਹਿਣ ਲਈ ਮੈਂ ਕਿੱਡਾ ਵੱਡਾ ਜਿਗਰਾ ਕੀਤਾ ਸੀਗਾ।